ऑफ एशियंस देखने वाले साडे सारे ही दर्शकों का बहुत बहुत स्वागत है। आज थानू विश्व की एक बहुत वड्डी शख्सियत नाल मिलान जा रहे हैं, जिहड़े साडे वॉइस ऑफ एशियंस दे भी बहुत एक्टिव टीम मैंबर ने, बहुत वधिया सिंगर ने, ते उन्होंने एम ए हिंदी करन तो बाद उन्होंने पी एच डी की हुई है साइकोलॉजी दे उत्ते। ते एक बड़ी ही अनोखी विद्या है इन्हां कोल कि नेवल दे थ्रू ये ब्रेन तक जिहड़ियां अपनियां मेडिटेशन दीआं वेव्स पहुंचा के इंसान दे थॉट्स बदल देंदे आ, ते जिहड़ा कोई आत्महत्या भी करन वाला उहदी भी जान तक बचा देंदे आ। सो अश्विंदर जी, डॉक्टर अश्विंदर जी, बहुत बहुत स्वागत है तुहाडा। सो दर्शक इस चीज नूं जानना चाहणगे कि आखिर ये नवी विद्या की है। सर, इहदे बारे मैं दसना चाहनी आ कि ये विद्या दा नाम है साइको न्यूरोबिक्स। जिवें साइको न्यूरो तां सारे जानदे ही है, ते बिक्स दा मतलब हुंदा एक्सरसाइज, जिवें एरोबिक्स एक्सरसाइज हो गया कि एक्सरसाइज दे नाल असीं अपने आप नूं कीवें ठीक करना है। इहदे विच योगा भी आ जांदा, प्राणायाम भी और मेडिटेशन भी आ जांदा है। लेकिन जिहड़ी इक खास चीज है इहदे विच, जिहड़ी खास चीज आंदी है, ओह ये है कि नेवल दे थ्रू, साडे नाभी दे थ्रू असीं कीवें इक पॉजिटिव थॉट नूं अंदर डिलीवर करना है। जी, जी, जी। क्योंकि असीं जानदे हां कि असीं शायद नहीं जानदे कि नाभी दे विच बहुत ज्यादा पावर है। माइंड तो ज्यादा पावर साडी नाभी दे विच है। जी, जी, जी। जदों भी कोई एक्सीडेंट हुंदा है, कुछ इस तरह दी असीं गल सुनदे हां, ते एकदम साडा पेट लूज हो जांदा है। ते साडा जिहड़ा जिहनूं पंजाबी च कहिंदे हॉल पैना, ओह हॉल भी साडे पेट ते ही पैंदा है। नाभी दे विच सब तो ज्यादा ताकत है। अगर असीं अपनी नेवल दे विच कोई थॉट नूं डिलीवर करवाने आ तां ओह इंसान दे अंदर सबकॉन्शियस माइंड दे विच चला जांदा, जो कि दिमाग दे थ्रू भी असीं ओहदे अंदर नहीं पा सकदे। तां मेरे कोल इस तरह दे पेशेंट्स आंदे जिहड़े कि बिल्कुल ही अपनी जिंदगी तों हार चुके आ, और उहनां नूं लगदा है कि हुण कुछ भी नहीं हो पाऊगा। तो सिर्फ एक नाभी दी तरफ देख के मैं उहनां दे अंदर एक थॉट नूं डिलीवर कर दिंदी आ। ਜਦੋਂ ਥੋਟ ਉਹਨਾਂ ਦੇ ਅੰਦਰ ਡਿਲੀਵਰ ਹੋ ਜਾਂਦਾ, ਉਹਨਾਂ ਦਾ ਮਾਇੰਡ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹਨਾਂ ਦਾ ਮਾਇੰਡ ਪੋਜ਼ਿਟਿਵ ਹੋਣਾ ਸ਼ੁਰੂ ਹੋ ਰਿਹਾ, ਤਾਂ ਅੰਦਰੋਂ ਪੋਜ਼ਿਟਿਵ ਕੈਮੀਕਲ ਰਿਲੀਜ਼ ਹੋਣਾ ਸ਼ੁਰੂ ਹੋ ਰਿਹਾ, ਤੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਹੀ ਬਦਲਣੀ ਸ਼ੁਰੂ ਹੋ ਜਾਂਦੀ। ਵੰਡਰਫੁਲ ਵੰਡਰਫੁਲ। ਡਾਕਟਰ ਅਸ਼ਵਿੰਦਰ ਜੀ, ਇਹ ਦੱਸੋ ਕਿ ਇਹਦੇ ਤੇ ਟੋਟਲ ਕਿੰਨੀਆਂ ਸੀਟਿੰਗਸ ਹੁੰਦੀਆਂ ਤੇ ਕਿੰਨਾ ਖਰਚਾ ਪੇਸ਼ੈਂਟ ਦਾ ਹੁੰਦਾ ਹੈ? ਸਰ, ਇੱਕ ਤਰ੍ਹਾਂ ਤੁਸੀਂ ਸੇਵਾ ਹੀ ਸਮਝ ਲਓ। ਬਹੁਤ ਹੀ ਮਾਈਨਰ ਜਿਹਾ ਖਰਚਾ ਮੈਂ ਰੱਖਿਆ। ਇੱਕ ਸੀਟਿੰਗ 10 ਮਿੰਟ ਦੀ ਹੁੰਦੀ ਹੈ ਤੇ 200 ਮੈਂ ਫੀਸ ਲੈਣੀ ਆ। ਓਕੇ। ਔਰ ਮੈਕਸਿਮਮ 5 ਸੀਟਿੰਗਸ, 5 ਮੈਕਸਿਮਮ 10। ਹਾਂਜੀ, ਮਿਨਿਮਮ। ਤੇ ਉਹਨਾਂ ਕੋਈ ਦਵਾਈ ਦੂਈ ਤਾਂ ਨਹੀਂ ਖਾਣੀ ਪੈਂਦੀ? ਨੋ ਮੈਡੀਸਨ, ਕੋਈ ਮੈਡੀਸਨ ਨਹੀਂ, ਕੋਈ ਆਪਰੇਸ਼ਨ ਨਹੀਂ, ਹਰ ਚੀਜ਼ ਦਾ ਇਲਾਜ ਹੈ। ਚਾਹੇ ਉਹ ਸਾਡੀ ਹੈਲਥ ਦੇ ਨਾਲ ਰਿਲੇਟਡ ਹੈ, ਚਾਹੇ ਉਹ ਸਾਡਾ ਪਿਆਰ ਹੈ, ਰਿਲੇਸ਼ਨਸ਼ਿਪ ਹੈ, ਮਨੀ ਹੈ, ਕੁਝ ਵੀ ਹੈ, ਕੁਝ ਵੀ ਚਾਹੀਦਾ। ਤਾਂ ਵਾਕਈ ਦੋਸਤੋ ਇੱਕ ਅਨੋਖੀ ਵਿਦਿਆ ਹੈ ਕਿ ਜਿਹਦੇ ਨਾਲ ਤੁਹਾਨੂੰ ਪੈਸਾ ਵੀ ਨਹੀਂ ਖਰਚ ਜ਼ਿਆਦਾ ਕਰਨਾ ਪੈਂਦਾ, ਤੇ ਦਵਾਈ ਤਾਂ ਲੈਣੀ ਹੀ ਨਹੀਂ ਪੈਂਦੀ, ਤੇ ਬਹੁਤ ਆਸਾਨੀ ਦੇ ਨਾਲ ਇਹ ਚੀਜ਼ ਠੀਕ ਹੁੰਦੀ ਹੈ। ਸੋ ਅਸ਼ਵਿੰਦਰ ਜੀ, ਇਸ ਤੋਂ ਪਹਿਲਾਂ ਤੁਹਾਨੂੰ ਇਹ ਅਸੀਂ ਪੁੱਛੀਏ ਕਿ ਤੁਸੀਂ ਇਹ ਅਨੋਖੀ ਵਿਦਿਆ ਸਿੱਖੀ ਕਿੱਥੋਂ? ਉਦੋਂ ਪਹਿਲਾਂ ਸਵਾਲ ਇਹ ਹੈ, ਜਿੱਦਾਂ ਅੱਜ ਉਹਨੇ ਹੀ ਪਤਾ ਲੱਗਿਆ ਕਿ ਤੁਸੀਂ ਐਮ ਏ ਹਿੰਦੀ ਪਹਿਲਾਂ ਕੀਤੀ ਗੌਰਮੈਂਟ ਕਾਲਜ ਤੋਂ 1998 ਦੇ ਵਿੱਚ, ਤੇ ਮੇਰਾ ਆਪਣਾ ਕਾਲਜ ਹੈ, ਮੈਂ ਵੀ 1990 ਸੀ ਉੱਥੇ ਐਮ ਏ ਹਿੰਦੀ ਕੀਤੀ, ਮੈਨੂੰ ਬੜਾ ਵਧੀਆ ਲੱਗਿਆ ਸੁਣ ਕੇ। ਇੱਕ ਤੁਸੀਂ ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕਿਨ ਹੋ, ਤੁਸੀਂ ਬਹੁਤ ਅੱਛਾ ਗਾਉਂਦੇ ਵੀ ਹੋ, ਤੇ ਜਿੰਨੀ ਵਾਰੀ ਮੈਂ ਤੁਹਾਨੂੰ ਗਾਉਂਦੇ ਦੇਖਿਆ, ਤੁਸੀਂ ਐ ਲੱਗਦਾ ਜਦੋਂ ਤੁਸੀਂ ਗਾ ਰਹੇ ਹੁੰਦੇ ਹੋ ਜਿੱਦਾਂ ਇੱਕ ਬਹੁਤ ਵੱਡਾ ਸਾਧਕ ਨਾ ਇੱਕ ਤਪੱਸਿਆ ਦੇ ਵਿੱਚ ਲੀਨ, ਅੱਖਾਂ ਬੰਦ ਹੁੰਦੀਆਂ, ਸੁਰ ਨਿਕਲ ਰਹੇ ਹੁੰਦੇ ਆ, ਤੇ ਸਾਰਾ ਹਾਲ ਮੈਂ ਦੇਖਿਆ ਮੰਤਰ ਮੁਗਧ ਹੋਇਆ ਹੁੰਦਾ, ਤੁਸੀਂ ਇੰਨਾ ਵਧੀਆ ਗਾਉਂਦੇ ਹੋ। ਤੇ ਦੂਜਾ, ਮੈਂ ਤੁਹਾਨੂੰ ਬੜੀ ਵਾਰੀ ਦੇਖਿਆ ਫੋਟੋਗ੍ਰਾਫੀ ਵੀ, ਕਈ ਵਾਰੀ ਤੁਸੀਂ ਕਰਦੇ ਹੋ, ਤੁਹਾਡੇ ਸਾਰੇ ਸਟੈਂਡਸ ਲੱਗੇ ਹੁੰਦੇ ਆ, ਤੇ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਫੋਟੋਗ੍ਰਾਫੀ ਕਰ ਰਹੇ ਹੁੰਦੇ ਹੋ, ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਸਰਟੀਫਾਈਡ ਫੋਟੋਗ੍ਰਾਫਰ ਵੀ ਹੋ ਨਾਲ। ਸੋ ਇੰਨੇ ਸ਼ੌਂਕ ਨੂੰ ਇੰਨਾ ਟਾਈਮ ਤੁਸੀਂ ਕਿੱਦਾਂ ਦੇ ਪਾਉਂਦੇ ਹੋ? ਸਰ, ਪਹਿਲੀ ਗੱਲ ਤਾਂ ਤੁਹਾਡਾ ਨਜ਼ਰੀਆ ਸਰ, ਕਿ ਤੁਸੀਂ ਮੇਰੇ 'ਚ ਇੰਨੇ ਟੈਲੈਂਟ ਦੇਖੇ, ਉਸ ਲਈ ਸ਼ੁਕਰੀਆ ਸਰ। ਤੇ ਦੂਸਰਾ ਹੈ ਕਿ ਸਰ, ਇਹ ਮੈਡੀਟੇਸ਼ਨ ਦੀ ਹੀ ਦੇਣ ਹੈ। ਜਿੱਦਾਂ ਜਿੱਦਾਂ ਅਸੀਂ ਮੈਡੀਟੇਸ਼ਨ ਕਰਦੇ ਜਾਂਦੇ ਹਾਂ, ਅਸੀਂ ਬਹੁਤ ਜ਼ਿਆਦਾ ਐਨਰਜੈਟਿਕ ਹੋਣਾ ਸ਼ੁਰੂ ਹੋ ਜਾਂਦੇ ਹਾਂ, ਤੇ ਉਸ ਐਨਰਜੀ ਨੂੰ ਫਿਰ ਅਸੀਂ ਕਿਤੇ ਤਾਂ ਲਗਾਉਣੀ ਹੈ, ਤੇ ਮੈਂ ਆਪਣੇ ਇਹਨਾਂ ਟੈਲੈਂਟਸ ਦੇ ਵਿੱਚ ਉਸ ਐਨਰਜੀ ਨੂੰ ਫਿਰ ਯੂਜ਼ ਕਰਦੀ ਹਾਂ। ਵੰਡਰਫੁਲ। ਸੋ ਇਹ ਤੁਸੀਂ ਜਿਹੜਾ ਨੈਵਲ ਵਾਲਾ ਸਿਸਟਮ ਸੀ, ਇਹ ਕਿੱਥੋਂ ਸਿੱਖਿਆ? ਸਰ, ਇਹ ਮੈਂ ਹੈਦਰਾਬਾਦ ਤੋਂ ਸਿੱਖਿਆ, ਉੱਥੇ ਹੀ ਮੈਨੂੰ ਆਚਾਰਿਆ ਜੀ ਮਿਲੇ ਸੀ, ਉਹਨਾਂ ਦੀ ਦੇਣ ਹੈ। ਕੀ ਬਾਤ ਹੈ, ਸਮਾਨਿਤ ਕਰਨਾ ਚਾਹੁੰਦੇ ਹਾਂ। ਸੋ ਪਰਮਾਤਮਾ ਕਰੇ ਕਿ
ਇਹਨਾਂ ਪੇੜਾਂ ਵਾਂਗ ਤੇ ਪੌਦਿਆਂ ਵਾਂਗ ਹੀ ਤੁਸੀਂ ਵੀ ਗਰੋ ਕਰਦੇ ਰਹੋ, ਬਹੁਤ ਹਾਈਟ ਤੇ ਪਹੁੰਚਦੇ ਰਹੋ ਤੇ ਦੁਨੀਆਂ ਨੂੰ ਜਿਹੜਾ ਬਹੁਤ ਚੰਗੀਆਂ ਚੀਜ਼ਾਂ ਦਿੰਦੇ ਰਹੋ ਤੇ ਆਪਣੀਆਂ ਬਲੈਸਿੰਗਸ ਨਾਲ ਆਪਣੇ ਹਾਰਡ ਵਰਕ ਦੇ ਨਾਲ ਦੁਨੀਆਂ ਐਨਵਾਇਰਮੈਂਟ ਧਰਤੀ ਸਭ ਨੂੰ ਬਹੁਤ ਵਧੀਆ ਬਣਾਓ। ਬਹੁਤ ਬਹੁਤ ਸ਼ੁਭਕਾਮਨਾਵਾਂ। ਤੇ ਦੋਸਤੋ ਇਸ ਅਨੋਖੀ ਵਿਦਿਆ ਨੂੰ ਕੀ ਤੁਸੀਂ ਸਾਰਿਆਂ ਤੱਕ ਸ਼ੇਅਰ ਕਰਨਾ ਚਾਹੋਗੇ ਜਿਹਦੇ ਵਿੱਚ ਕੋਈ ਦਵਾਈ ਨਹੀਂ ਲੈਣੀ, ਸਿਰਫ 5-6 ਸਿਟਿੰਗਸ ਹੈ ਤੇ ਬਹੁਤ ਮਹਿੰਗੀਆਂ ਨਹੀਂ ਹੈਗੀਆਂ, ਕਿਉਂਕਿ ਇਸ ਚੀਜ਼ ਦੇ ਨਾਲ ਜੇ ਇਨਸਾਨ ਠੀਕ ਹੋ ਜਾਂਦਾ ਤਾਂ ਆਈ ਥਿੰਕ ਉਦੋਂ ਵੱਡੀ ਦੇਣ ਨਹੀਂ ਹੋ ਸਕਦੀ। ਤੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਵੀ ਸਾਨੂੰ ਜ਼ਰੂਰ ਦਿਓ। ਬਹੁਤ ਜਲਦੀ ਮਿਲਦੇ ਆ ਹੋਰ ਨਵੀਂ ਜਾਣਕਾਰੀ ਲੈ ਕੇ। ਤੁਹਾਡਾ ਵੀ ਤੇ ਡਾਕਟਰ ਅਸ਼ਵਿੰਦਰ ਕੌਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ।